ਤਿੰਨ ਕਾਮਨਵੈਲਥ ਚੋ ਮੈਡਲ ਮੈਡਲ ਤਾਂ ਇੱਕ ਲੈ ਕੇ ਆਉਣਾ ਬਹੁਤ ਔਖਾ ਪਰ ਤੁਸੀਂ ਲਗਾਤਾਰ ਤਿੰਨ ਮੈਡਲ ਲੈ ਕੇ ਆਏ ਹੋ 11 ਤੋਂ ਬਾਅਦ ਫਿਰ ਅਸੀਂ ਲਗਾਤਾਰ ਟੀਮ ਇੰਡੀਆ ਟੀਮ ਚ ਰਹਿਆ ਵਾਂ ਤਿੰਨ ਤੋਂਡੇ ਕੋਲੇ ਇੰਟਰਨੈਸ਼ਨਲ ਵੱਡੇ ਟੂਰਨਾਮੈਂਟ ਦੇ ਮੈਡਲ ਆ 26 ਵਾਰ ਆਪਣੇ ਜਿੱਦਾਂ ਇੰਡੀਆ ਨੂੰ ਮੈਂ ਰਿਪਰੈਜ਼ੈਂਟ ਕੀਤਾ ਵਾ ਇੰਟਰਨੈਸ਼ਨਲ ਪਲੇਟਫਾਰਮ ਤੇ ਇਹ ਤਿੰਨ ਤਾਂ ਆਪਣੀ ਕਾਮਨ ਗੀਮਸ ਹੋ ਗਈਆਂ ਜਿਹੜੀਆਂ ਤੇ ਦੋ ਐਸ਼ੀਨ ਗੀਮਾਂ ਖੇਡਿਆ ਜੀ ਮੈਂ ਤੇ ਤਿੰਨ ਮੈਂ ਵਰਡ ਚ ਮਿਸਪਾ ਖੇਡਿਆ ਜੀ ਮੇਰਾ 9 ਵਾਰ 골ਡ ਮੈਡਲ ਅਤੇ 1 ਵਾਰ ਸਿਲਵਰ ਜਿਹੜੀ ਸਾਲ ਜਿੱਕ ਵਾਰ ਹੁੰਦੀ ਆ ਮੈਂ ਬਈ ਪਹਿਲੀ ਨੈਸ਼ਨਲ ਖੇਡੀ ਸੀਗੀ 2007 ਦੇ ਵਿੱਚ ਜਿੱਦਾਂ ਉੱਥੇ ਮੈਂ 7ਵੇਂ ਨੰਬਰ ਤੇ ਸੀਗਾ ਫਿਰ ਉਦੋਂ ਮੈਨੂੰ ਸਮਝ ਲੱਗਦੋ ਮੈਂ ਸੋਚਿਆ ਕਿ ਮੈਂ ਤਾਂ ਬੜੀ ਪਿੱਛੇ ਰਹਿ ਗਿਆਆਂ ਰਹੀ ਤਾਂ ਥੋੜਾ ਹੋਰ ਸੀਰੀਅਸ ਹੋ ਕੇ ਪਤਾ ਲੱਗਾ ਕਿ ਨਹੀਂ ਇਦਾਂ ਨਹੀਂ ਇਦਾਂ ਕਰਨਾ ਵਾ ਉਸ ਤੋਂ ਬਾਅਦ ਰੂਲਰ ਨੈਸ਼ਨ ਹੋਈ ਚਨਈ ਉਹਦੇ ਵਿੱਚ ਮੇਰਾ 골ਡ ਆਇਆ 2009 ਦੇ ਵਿੱਚ ਇੰਡੀਆ ਦਾ ਪਹਿਲਾ ਪਲੇਅਰ ਤੁਸੀਂ ਜਿਹੜੇ ਤਿੰਨ ਲਗਾਤਾਰ ਮੈਡਲ ਕਾਮਨਵੈਲਥ ਚੋ ਵੇਟ ਲਿਫਟਿੰਗ ਜਿੱway ਹਾਂਜੀ ਹਾਂਜੀ ਇੰਡੀਆ ਦਾ ਪਹਿਲਾ ਪਲੇਅਰ ਵੇਟ ਲ ਪ੍ਰਮੇਸ਼ਿਆ ਟੈਲੀਵਿਜ਼ਨ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਗਿਵਿੰਦਰ ਸਿੰਘ ਜੰਗੀਆਣਾ ਪੰਜਾਬ ਦੀ ਧਰਤੀ ਨੇ ਬਹੁਤ ਸਾਰੇ ਅੰਤਰਰਾਸ਼ਟਰੀ ਪਲੇਅਰ ਪੈਦਾ ਕੀਤੇ ਨੇ ਤੇ ਅੱਜ ਬਈ ਵਿਕਾਸ ਠਾਕਰ ਕੋਲੇ ਪਹੁੰਚੇ ਹਾਂ ਇਹ ਉਹ ਨੌਜਵਾਨ ਆ ਜਿਹੜਾ ਇੰਡੀਆ ਦਾ ਇੱਕੋ ਇੱਕ ਐਥਲੀਟ ਆ ਜਿਨੇ ਲਗਾਤਾਰ ਕਾਮਨਵੈਲਥ ਦੇ ਵਿੱਚੋਂ ਤਿੰਨ ਮੈਡਲ ਜਿੱਤੇ ਨੇ ਬਹੁਤ ਵੱਡੀ ਗੱਲ ਹੁੰਦੀ ਆ ਕਾਮਨਵੈਲਥ ਚੋਂ ਮੈਡਲ ਲੈਣੇ ਪਰ ਇਸ ਨੌਜਵਾਨ ਨੇ ਲਗਾਤਾਰ ਤਿੰਨ ਮੈਡਲ ਲੈਏ ਨੇ ਪੰਜਾਬ ਦੀ ਧਰਤੀ ਦਾ ਮਾਣ ਵਿਕਾਸ ਠਾਕਰ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਾਂਗੇ ਕਿ ਕਿਵੇਂ weightlifting ਸ਼ੁਰੂ ਕੀਤੀ ਤੇ ਖੇਡਾਂ ਦੇ ਬਾਰੇ ਕੀ ਸੋਚਦੇ ਆ ਕਿਉਂਕਿ ਪੰਜਾਬ ਕਿਸੇ ਸਮੇਂ ਖੇਡਾਂ ਦੇ ਵਿੱਚ ਮੋਰੀ ਹੁੰਦਾ ਸੀਗਾ 2001 ਤੱਕ ਅਸੀਂ ਨੈਸ਼ਨਲ ਖੇਡਾਂ ਦੇ ਵਿੱਚ ਪਹਿਲੇ ਸਥਾਨ ਤੇ ਆਉਂਦੇ ਰਹੇ ਹਾਂ ਪਰ ਅੱਜ ਕਾਫੀ ਪਿੱਛੜੇ ਹਾਂ ਉਹ ਵੀ ਗੱਲਬਾਤ ਕਰਾਂਗੇ ਤੇ ਕਰਦੇ ਹਾਂ ਬਈ ਦਾ ਸਵਾਗਤ ਬਈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਈ 사ਸੀ ਗਾਲ ਜੀ ਪ੍ਰਾਈਮੇਸ਼ੀਅਰ ਟੀਵੀ ਦੇ ਦੇਖਣ ਵਾਲੇ ਸਾਰੇ ਸਰੋਤਨ ਨੂੰ ਮੇਰੀ ਪਿਆਰ ਭਰੀ 사ਸੀ ਗਾਲ ਜੀ ਬੜੀ ਖੁਸ਼ੀ ਹੋਈ ਬਈ ਤੁਹਾਨੂੰ ਮਿਲ ਕੇ ਤਿੰਨ ਕਾਮਨਵੈਲਥ ਚੋ ਮੈਡਲ ਮੈਡਲ ਤਾਂ ਇੱਕ ਲੈ ਕੇ ਆਉਣਾ ਬਹੁਤ ਔਖਾ ਪਰ ਤੁਸੀਂ ਲਗਾਤਾਰ ਤਿੰਨ ਮੈਡਲ ਲੈ ਕੇ ਆਏ ਹੋ ਕਿਵੇਂ ਸਵੱਬ ਬਣਿਆ ਕਦੋਂ ਸ਼ੁਰੂ ਕੀਤੀ ਵੇਟ ਲਿਫਟਿੰਗ ਤੁਸੀਂ ਨਹੀਂ ਬਾਈ ਜੀ ਬੜਾ ਬੜੀ ਮਤਲਬ ਪ੍ਰਾਊਡ ਫੀਲ ਹੁੰਦਾ ਆਪਣੇ ਮਤਲਬ ਜਦੋਂ ਅਸੀਂ ਦੇਖਦੇ ਹਾਂ ਨਾ ਤਿੰਨ ਵਾਰ ਮੈਡਲ ਆਇਆ ਜਦੋਂ ਕੋਮੋਡ ਗੀਮਾਂ ਦੇ ਵਿੱਚੋਂ ਚਾਰ ਚੋਲਵਾਂ ਗੀਮਸ ਹੁੰਦੀਆਂ ਨੇ ਤੇ ਕਾਫੀ ਵੱਡਾ ਇਵੈਂਟ ਹੈਗਾ ਵਾਸ਼ੀਨ ਗੇਮ ਤੇ 올ੰਪਿਕ ਵਰਗਾ ਇਵੈਂਟ ਹੁੰਦਾ ਵਾ ਤੇ ਬੜੀ ਮਿਹਨਤ ਕੀਤੀ ਜੀ 2002 ਦੇ ਵਿੱਚ ਮੈਂ ਵੇਟ ਲਿਫਟਿੰਗ ਸਟਾਰਟ ਕੀਤੀ ਸੀਗੀ ਤੇ 2011 ਦੇ ਵਿੱਚ ਮੈਂ ਪਹਿਲੀ ਵਾਰ ਨੈਸ਼ਨਲ ਟੀਮ ਦਾ ਹਿੱਸਾ ਬਣਿਆ ਤੇ ਉਸ ਤੋਂ ਬਾਅਦ ਬਸ ਫਿਰ ਨੈਸ਼ਨਲ ਟੀਮ ਦੇ ਵਿੱਚ ਜਾ ਕੇ ਸਾਡਾ ਪਟਿਆਲੇ ਕੈਂਪ ਲੱਗਦਾ ਹੁੰਦਾ ਸੀਗਾ ਤੇ 11 ਤੋਂ ਬਾਅਦ ਫਿਰ ਅਸੀਂ ਲਗਾਤਾਰ ਟੀਮ ਇੰਡੀਆ ਟੀਮ ਚ ਰਹਿਆ ਵਾ ਤੇ ਬੜੇ ਜਦਾਂ ਟੀਮ ਚ ਸੀਗੇ ਤੇ ਗੇਮ ਆਉਂਦੀ ਰਹੀ ਤੇ ਅਸੀਂ ਮੈਂ ਪਰਫਾਰਮ ਕਰਦਾ ਰਿਹਾ ਤੇ ਮੈਡਲ ਆ ਗਿਆ ਜੀ ਤੇ ਬੜੀ ਖੁਸ਼ੀ ਬੜਾ ਮਤਲਬ ਕਰਦੇ ਬਹੁਤ ਖੁਸ਼ ਹੁੰਦੇ ਨੇ ਤੇ ਆਪ ਨੂੰ ਵੀ ਬੜਾ ਮਾਣ ਮਹਿਸੂਸ ਹੁੰਦਾ ਜੀ ਜੀ ਬਈ ਤਿੰਨ ਤੁਹਾਡੇ ਕੋਲੇ ਇੰਟਰਨੈਸ਼ਨਲ ਵੱਡੇ ਟੂਰਨਾਮੈਂਟ ਦੇ ਮੈਡਲ ਆ ਜਿਵੇਂ ਓਵਰਆਲ ਗੱਲ ਕਰਾਂ ਤਾਂ ਕਿੰਨੇ ਕੁ ਮੈਡਲ ਹੁਣ ਤੱਕ ਤੁਸੀਂ ਜਿੱਤੇ ਆ ਭਾਜੀ ਮੈਂ ਜੇ ਇੰਟਰਨੈਸ਼ਨਲ ਦੀ ਗੱਲ ਕਰੀਏ ਤਾਂ ਮੈਂ 26 ਵਾਰ ਆਪਣੇ ਜਿੱਦਾਂ ਇੰਡੀਆ ਨੂੰ ਮੈਂ ਰਿਪਰੈਜ਼ੈਂਟ ਕੀਤਾ ਵਾ ਇੰਟਰਨੈਸ਼ਨਲ ਪਲੇਟਫਾਰਮ ਤੇ ਤੇ ਜਿਨ੍ਹਾਂ ਦੇ ਵਿੱਚ ਮੇਰੇ 16 ਦੇ ਵਿੱਚ ਮੇਰੇ ਇੰਟਰਨੈਸ਼ਨਲ ਮੈਡਲ ਹੈਗੇ ਨੇ ਜੀ ਤੇ ਮੈਂ ਦੋ ਵਾਰ ਜਿੱਦੀਆਂ ਮੇਨ ਗੇਮਾਂ ਹੈਗੀਆਂ ਤਿੰਨ ਤੋਂ ਆਪਣੀ ਕੋਮਨ ਗੇਮਸ ਹੋਗੀਆਂ ਜਿਹੜੀਆਂ ਤੇ ਦੋ ਏਸ਼ੀਅਨ ਗੇਮਾਂ ਖੇਡਿਆ ਜੀ ਮੈਂ ਤੇ ਤਿੰਨ ਮੈਂ ਵਰਲਡ ਚੈਂਪੀਅਨ ਖੇਡਿਆ ਜੀ ਹਾਂਜੀ ਹਾਂਜੀ ਤੇ ਮੈਂ ਉਸ ਦੇ ਦੌਰਾਨ ਸੈਫ ਗੇਮਾਂலயும் ਮੈਂ 골ਡ ਮੈਡਲ ਲਿੱਤੇਗਾ ਭਾਜੀ ਜਿਹੜੀਆਂ ਸੈਫ ਸਾਊਥ ਏਸ਼ੀਅਨ ਗੇਮਸ ਨੇ ਉਹਦੇ ਵਿੱਚ ਵੀ ਮੇਰਾ 골ਡ ਮੈਡਲ ਜੀ ਕੋਲੇ 26 ਮੈਡਲ ਤੁਸੀਂ ਦੱਸਿਆ ਨਹੀਂ 26 ਇੰਟਰਨੈਸ਼ਨਲ ਟੂਰ ਨੇ ਤੇ ਉਹਨਾਂ ਦੇ ਵਿੱਚੋਂ 16 ਮੈਡਲ ਨੇ ਜੀ ਹਾਂਜੀ 26 ਟੂਰ ਨੇ ਜੀ ਤੇ ਨੈਸ਼ਨਲ ਲੈਵਲ ਤੇ ਤਾਂ ਕਾਫੀ ਹੋਣਗੇ ਮੈਡਲ ਹਾਂਜੀ ਭਾਈ ਨੈਸ਼ਨਲ ਜੇ ਦੇਖਿਆ ਜਾਵੇ ਜਿਹੜੀ ਸੀਨੀਅਰ ਨੈਸ਼ਨ ਚੈਂਪੀਅਨਸ਼ਿਪ ਹੁੰਦੀ ਆ ਉਹਦੇ ਵਿੱਚ ਭਾਈ ਮੇਰਾ 9 ਵਾਰ 골ਡ ਮੈਡਲ ਅਤੇ 1 ਵਾਰ ਸਿਲਵਰ ਜਿਹੜੀ ਸਾਲ ਜਿੱਤ ਇੱਕ ਵਾਰ ਹੁੰਦੀ ਆ ਤੇ ਜੇ ਵੈਸੇ ਦੇਖਿਆ ਜਾਵੇ ਜਿਹੜੀਆਂ ਸਕੂਲ ਨੈਸ਼ਨ ਹੁੰਦੀ ਆ ਰੂਲਰ ਨੈਸ਼ਨਾਂ ਹੁੰਦੀਆਂ ਸੀ ਪਹਿਲਾਂ ਜਦੋਂ ਬੱਚੇ ਛੋਟੇ ਹੁੰਦੇ ਸੀ ਸਬ ਜੂਨੀਅਰ ਖੇਡਦੇ ਸੀਗੇ ਯੂਥ ਖੇਡਦੇ ਸੀਗੇ ਹਨਾ ਤੇ ਇਦਾਂ ਭਾਈ ਮੈਂ 15 ਵਾਰ ਦਾ ਨੈਸ਼ਨਲ ਚੈਂਪੀਅਨ ਹੈਗਾ ਜੀ ਦੇ 15 ਵਾਰ ਨੈਸ਼ਨਲ ਚੈਂਪੀਅਨ ਆ ਵਾ ਜੀ ਤੇ 3 ਵਾਰ ਮੇਰਾ 1 ਵਾਰ ਮੇਰਾ ਸਿਲਵਰ ਆ ਤੇ ਜੁਨੀਅਰ ਦੇ ਵਿੱਚੋਂ ਹਾਂ ਜੀ ਬਾਈ ਗੈਨਤੀ ਨਹੀਂ ਹੁੰਦੀ ਬਹੁਤ ਸਾਰੇ ਮੈਡਲ ਤੁਸੀਂ ਜਿੱਤੇ ਆ ਇਹਨਾਂ ਮੈਡਲ ਨੂੰ ਜਿੱਤਣ ਲਈ ਮਿਹਨਤ ਦੀ ਮੈਂ ਗੱਲ ਕਰਾਂ ਕਿੰਨੀ ਕਿੰਨੀ ਮਿਹਨਤ ਕਰਨੀ ਪਈ ਕਿੰਨਾ ਕੁ ਸ਼ਡਿਊਲ ਤੁਹਾਡਾ ਦਿੱਲੀ ਦਾ ਪ੍ਰੈਕਟਿਸ ਦਾ ਕੀ ਹੁੰਦਾ ਤੇ ਕਿਉਂਕਿ ਬਹੁਤ ਵੱਡੇ ਟੂਰਨਾਮੈਂਟ ਤੁਸੀਂ ਖੇਡੇ ਆ ਤੇ ਜਿੱਤੇ ਵੀ ਆ ਇਹਦੇ ਲਈ ਮਿਹਨਤ ਵੀ ਬਹੁਤ ਕਰਨੀ ਪੈਂਦੀ ਹੈ ਕਿੰਨੀ ਕਿ ਮਿਹਨਤ ਕੀਤੀ ਬਿਲਕੁਲ ਬਾਈ ਜੀ ਮਿਹਨਤ ਦੇਖੋ ਮਿਹਨਤ ਤੋਂ ਬਿਨਾ ਭਾਈ ਤੁਹਾਨੂੰ ਕਦੀ ਕਾਮਯਾਬੀ ਮਿਲ ਨਹੀਂ ਸਕਦੀ ਮਿਹਨਤ ਕਰਨੀ ਮਤਲਬ ਮਿਹਨਤ ਕੀਤੀ ਤਾਂ ਹੀ ਅੱਜ ਆਪਾਂ ਨਾਲ ਬੈਠੇ ਹਨ ਆਪਾਂ ਲੋਕੀ ਤੁਹਾਨੂੰ ਸੁਣਦੇ ਆ ਜਦ ਤੁਸੀਂ ਕਮੇਡਕਾਲਜ ਪਹੁੰਚੇ ਹੋ ਨਾ ਤੇ ਮੈਂ ਤਾਂ ਭਾਈ ਇਦਾਂ ਵਾ ਦੋਹੇ ਦੋ ਦੇ ਵਿੱਚ ਮੈਂ ਬਹੁਤ ਛੋਟਾ ਮਤਲਬ 9 ਸਾਲ ਦਾ ਸੀਗਾ ਤੇ ਮੈਂ ਅਸੀਂ ਮੇਰੇ ਫਾਦਰ ਸਾਹਿਬ ਰੇਲਵੇ ਦੇ ਵਿੱਚ ਜੌਬ ਕਰਦੇ ਨੇ ਹਾਂ ਤੇ ਅਸੀਂ ਪਹਿਲਾਂ ਉੱਥੇ ਉਹਨਾਂ ਦੇ ਰੇਲਵੇ ਅਪਾਰਟਮੈਂਟ ਉੱਤੇ ਉੱਥੇ ਰਹਿੰਦੇ ਹੁੰਦੇ ਸੀਗੇ ਤੇ ਮੈਂ ਸ਼ਰਾਰਤਾਂ ਉਹ ਕਰਦਾ ਹੁੰਦਾ ਸੀਗਾ ਛੋਟੇ ਬੱਚੇ ਸ਼ਰਾਰਤਾਂ ਚੋਂ ਪਤਾ ਕਰਦੇ ਹੀ ਹੁੰਦੇ ਆ ਤੇ ਡੈਡੀ ਉਹਨਾਂ ਨੇ ਮੈਨੂੰ ਅੰਗੇਜ ਰੱਖਣ ਵਾਸਤੇ ਕੀ ਕਿਤੇ ਲੱਗਾ ਰਵੇ ਕਿਸੇ ਪਾਸੇ ਇਸ ਕਰਕੇ ਮੈਨੂੰ ਖੇਡਾਂ ਦੇ ਵਿੱਚ ਉਹਨਾਂ ਨੇ ਪਾਇਆ ਕਿ ਚਲੋ ਜਿੱਦਾਂ ਮੈਂ ਪੜ੍ਹਨ ਦੇ ਵਿੱਚ ਹੁਸ਼ਿਆਰ ਸੀਗਾ ਤੇ ਸਕੂਲੋਂ ਆਣਾ ਮੈਂ ਕੰਮ ਕਰਨਾ ਆਪਣਾ ਦੇ ਬਾਹਰ ਚੱਲ ਜਣਾ ਫਿਰ ਘਰ ਦੇ ਸਤਾਰ 8 ਵਜੇ ਸੜੀ ਗੇਟਡ ਸੁਸਾਇਟੀ ਹੁੰਦੀ ਸੀ ਪਰ ਫਿਰ ਇਦਾਂ ਡਰ ਨਹੀਂ ਸੀਗਾ ਕਿਤੇ ਬਾਹਰ ਨਹੀਂ ਜਾਣਾ ਬਟ ਅੰਦਰ ਹੀ ਮੈਂ ਅੰਦਰ ਹੀ ਖੇਡਦੇ ਰਹਿਣਾ ਜਵਾਕਾਂ ਨਾਲ ਤੇ ਇਹ ਕਰਦ ਨੂੰ ਸੀਗਾ ਕਿ ਕਿਸੇ ਚੰਗੇ ਪਾਸੇ ਲੱਗੇ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਉਹਦਾ ਮਾਹੌਲ ਵੀ ਥੋੜਾ ਇਦਾਂ ਦਾ ਸੀਗਾ ਕਿ ਬੱਚਾ ਵਿਗੜ ਜਾਵੇ ਹਰ ਇੱਕ ਮਾਪਾ ਸੋਚਦਾ ਹੀ ਹੁੰਦਾ ਵਾ ਤੇ ਉਹਨਾਂ ਨੇ ਜੀ ਮੈਨੂੰ ਗੇਮਾਂ ਦੇ ਵਿੱਚ ਪਾਤਾ ਕਹਿੰਦੇ ਤੂੰ ਕੋਈ ਸਪੋਰਟਸ ਕਰ ਪਹਿਲਾਂ ਗੁਰੂਨਾਗਰ ਸਟੇਡੀਅਮ ਮੈਂ ਜਾਂਦਾ ਰਿਹਾ ਜੀ ਕਹਿੰਦੇ ਤੇ ਐਥਲੈਟਿਕ ਕਰਾਉਣੀ ਆ ਮੈਂ ਕਹਿੰਦਾ ਮੇਰੇ ਤੋਂ ਨਹੀਂ ਭੱਜ-ਭੁੱਜ ਹੁੰਦਾ ਆਪਣਾ ਇੰਨਾ ਸਾਹ ਚੜ੍ਹ ਦਿੰਦਾ ਮੈਂ ਨਹੀਂ ਭੱਜਣਾ ਭੁੱਜਣਾ ਫਿਰ ਉਹਨਾਂ ਨੇ ਬਾਕਸਿੰਗ ਕਰਾਈ ਮੇਰੇ ਤੋਂ ਉਹਨੇ 2-3 ਮਹੀਨੇ ਬਾਕਸਿੰਗ ਦੇ ਹੱਥ-ਪੈਰ ਮਾਰੇ ਫਿਰ ਪਾਪਾ ਦੇ ਕਲੀਕ ਸੀਗੇ ਪ੍ਰਵੀਸ਼ਨ ਦਾ ਸ਼ਰਮਾ ਜੀ ਤੇ ਉਹਨਾਂ ਦੇ ਨਾਲ ਗੱਲਬਾਤ ਹੋਈ ਉਹ ਕਹਿੰਦੀ ਕਿ ਇਹਨੂੰ ਜਿਮ ਭੇਜੋ ਤੁਸੀਂ ਲੁਧਿਆਣਾ ਕਲੱਬ ਹੈ ਆਪਣੀ ਸਰਾਕ ਵਗ ਦੇ ਪਿੱਛੇ ਤੇ ਉੱਥੇ ਬਈ ਮੈਂ 9 ਸਾਲ ਦਾ ਮੈਂ ਗੇਮ ਸਟਾਰਟ ਕਰਤੀ ਸੀ ਪਹਿਲਾਂ 2-3 ਸਾਲ ਦਾ ਪਤਾ ਨਹੀਂ ਲੱਗਾ ਕੀ ਹੁੰਦਾ ਹੈ ਨਾ ਕਿਦਾਂ ਮਤਲਬ ਆਪਾਂ ਇਹਨੂੰ ਐਜ਼ ਏ ਕਰੀਅਰ ਚੂਜ਼ ਕਰ ਸਕਦੇ ਆ ਕਿ ਆਪਾਂ ਨੂੰ ਜੋਬਾਂ ਮਿਲਦੀਆਂ ਨੇ ਜਾਂ ਪਣੋਂ ਪੈਸੇ ਹੀ ਮਿਲਦੇ ਆ ਜਾਂ ਨਾ ਹੁੰਦਾ ਪਹਿਲਾਂ ਉਹ ਮਤਲਬ ਨਿਆਣ ਮਤ ਹੁੰਦੀ ਸੀ ਪਤਾ ਨਹੀਂ ਇਹਨਾਂ ਨੇ ਸਿਰਫ ਪਤਾ ਕਿ ਗੇਮਾਂ ਚ ਕਿੱਥੋਂ ਤੱਕ ਜਾਇਆ ਜਾਂਦਾ ਹਾਂਜੀ 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 ਫਿਰ ਜਿੱਦਾਂ ਜਿੱਦਾਂ ਬਾਈ ਜੁੜਦੇ ਰਹੇ ਅਸੀਂ ਰੋਜ਼ ਸ਼ਾਮੀ ਜਾਣਾ ਸੀਗਾ ਜਿੱਦਾਂ 4 ਵਜੇ ਮੈਂ ਸਕੂਲੋਂ ਆ ਕੇ ਆਪਣਾ ਰੋਟੀ ਪਾਣੀ ਖਾ ਕੇ ਕੈਂਟਾ ਗ੍ਰੈਸਟ ਕਰਕੇ 4 ਵਜੇ ਚੱਲ ਜਾਂਦਾ ਸੀਗਾ ਜੀ ਤੇ 8 ਵਜੇ ਆਉਣਾ ਸੀ ਤੇ ਪਹਿਲਾਂ 4 ਕੇ ਸਾਲ ਦਾ ਬਈ 4 ਘੰਟੇ ਮਿਹਨਤ ਚਲੀ ਮਿਹਨਤ ਮਿਹਨਤ ਲਾ ਲੋ ਅਲੜ ਬਣ ਸੀਗਾ ਛੋਟੀ ਉਮਰ ਸੀ ਪਤਾ ਨਾ ਮਤਲਬ ਸ਼ਰਾਰਤਾਂ ਕਰ ਲਈ ਉੱਥੇ 9 ਸਾਲ ਦੀ ਉਮਰ 'ਚ ਨਿਆਣ ਨੂੰ ਕੀ ਪਤਾ ਹੁੰਦਾ ਵ ਜਦੋਂ 9 ਸਾਲ ਦੀ ਉਮਰ ਦੇ ਵਿੱਚ ਤੁਸੀਂ ਵੇਟ ਲਿਫਟਿੰਗ ਸ਼ੁਰੂ ਕਰਤੀ ਹਾਂਜੀ 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 9 ਸਾਲ ਦੇ ਸੀਗੇ ਮੈਂ ਵੇਟ ਲਿਫਟਿੰਗ ਨਹੀਂ ਤੁਸੀਂ ਕਹਿ ਸਕਦੇ ਬਟ ਹਾਂ ਮਤਲਬ ਇੱਕ ਮਤਲਬ ਪਤਾ ਮਤਲਬ ਗੇਮ ਦੇ ਵਿੱਚ ਡੈਡੀ ਹੁਣਾਂ ਨੇ ਕਹਲਤਾ ਸੀ ਉਧਰ ਕੀ ਇਧਰ ਜਾ ਭਈ ਤੂੰ ਕਿਤੇ ਮਤਲਬ ਕਿਤੇ ਪਾਸੇ ਲੱਗਰੂੰਗਾ ਕੋਈ ਲੋਹੇ ਨਾਲ ਮੱਥਾ ਮਰੂੰਗਾ ਘਰੇ ਆ ਕੇ ਸੋ ਜਾ ਕਰੂੰਗਾ ਹਨਾ ਤੇ ਪਹਿਲਾਂ ਕਿ 4 ਸਾਲ ਦੀ ਪਤਾ ਨਹੀਂ ਸੀ ਕੁਝ ਤੇ ਫਿਰ ਥੋੜੀ ਥੋੜੀ ਜਿੱਦਾਂ ਉਮਰ ਵਧੀ ਹੈ ਨਾ ਜੇ ਫਿਰ ਮੈਂ 7ਵੀਂ 8ਵੀਂ ਚ ਆਇਆ ਫਿਰ ਪਤਾ ਲੱਗਾ ਕਿ ਯਾਰ ਸਕੂਲਾਂ ਦੀਆਂ ਟੂਰਨਾਮੈਂਟ ਹੁੰਦੇ ਆ ਪੁੱਛਦੇ ਸੀਗੇ ਜਿੱਦਾਂ ਮਾਸਟਰ ਪੁੱਛਦੇ ਹ ਉਤੰਬਰ ਵਿੱਚ ਪਹਿਲਾ ਜਿਹੜਾ ਮੈਂ ਗੱਲ ਕਰਾਂ ਤਾਂ ਪਹਿਲਾ ਜਿਹੜਾ ਮੈਡਲ ਤਾਂ ਆਇਆ ਵੱਡੇ ਲੈਵਲ ਤੇ ਪੰਜਾਬ ਲੈਵਲ ਤੇ ਆਇਆ ਹੋਣਾ ਜਾਂ ਨੈਸ਼ਨਲ ਲੈਵਲ ਤੇ ਉਹ ਕਦੋਂ ਆ ਗਿਆ ਸੀ ਪਹਿਲਾ ਮੈਡਲ ਮੈਂ ਬਈ ਪਹਿਲੀ ਨੈਸ਼ਨਲ ਖੇਡੀ ਸੀਗੀ 2007 ਦੇ ਵਿੱਚ ਫਿਰੋਜ਼ਪੁਰ ਹੋਈ ਸੀਗੀ ਇੰਟਰ ਸਕੂਲ ਹੋਈ ਸੀਗੀ ਨੈਸ਼ਨਲ ਦੀ ਗੱਲ ਕਰਾਂ ਮੈਡਲ ਨਹੀਂ ਸੀਗਾ ਉੱਥੇ ਮੇਰਾ ਉੱਥੇ ਮੈਂ 7ਵੇਂ ਨੰਬਰ ਤੇ ਸੀਗਾ ਉਹਦੇ 7ਵੇਂ ਨੰਬਰ ਦੇ ਸੀਗਾ ਕੋਈ 14 ਪਤਾ ਨਹੀਂ 15 ਮੁੰਡੇ ਸੀਗੇ ਹਨਾ ਰੋਜਪੁਰ ਨੈਸ਼ਨਲ ਉਦੋਂ ਫਿਰ ਉਦੋਂ ਮੈਨੂੰ ਸਮਝ ਲੱਗਦੋ ਮੈਂ ਸਿੱਖਿਆ ਨਾ ਮੈਂ ਤਾਂ ਬੜੀ ਪਿੱਛੇ ਰਹਿ ਗਿਆ ਅਸੀਂ ਤਾਂ ਉਹਨ ਸਕੂਲੇ ਮੈਂ ਜਵਾਕ ਚੱਕਦੇ ਨੇ ਹਨਾ ਕੁਝ ਕਰ ਦੇਣਾ ਤੇ ਮੈਂ ਕਿਹਾ ਮੇਰੇ ਚੋਂ ਬੜਾ ਜੋਰ ਆ ਮੈਂ ਕਿਹਾ ਨਹੀਂ ਹਰੇਕ ਗੱਲ ਹੈ ਨਹੀਂ ਫਿਰ ਆ ਕੇ ਫਿਰ ਥੋੜਾ ਹੋਰ ਸੀਰੀਅਸ ਹੋ ਕੇ ਪਤਾ ਲੱਗਾ ਕਿ ਨਹੀਂ ਇਦਾਂ ਨਹੀਂ ਇਦਾਂ ਕਰਨਾ ਵਾ ਫਿਰ ਉਸ ਤੋਂ ਬਾਅਦ 2008 ਦੇ ਵਿੱਚ ਦੀ ਮੈਂ ਪਹਿਲੀ ਵਾਰ ਮੇਰਾ ਆਪਣੀ ਨੈਸ਼ਨਲ ਹੋਈ ਸੀ ਵੀ ਸਕੂਲ ਨੈਸ਼ਨਲ ਪਟਿਆਲੇ ਉੱਥੇ ਮੇਰਾ ਬਰਾਂਜ਼ ਮੈਡਲ ਆਇਆ ਸੀਗਾ ਜੀ ਫਿਰ ਉਸ ਤੋਂ ਬਾਅਦ ਰੂਲਰ ਨੇਸ਼ਨ ਹੋਈ ਚਨਈ ਉਹਦੇ ਵਿੱਚ ਮੇਰਾ 골ਡ ਆਇਆ 2009 ਦੇ ਵਿੱਚ ਫਿਰ ਇੱਕ ਨਾ 2011 ਦੇ ਵਿੱਚ ਅ ਸ਼ਹੀਦ ਆਜਮ ਭਗਤ ਸਿੰਘ ਜਿਵੇਂ ਹੋਇਆ ਜਿੱਦਾਂ ਹੁਣ ਖੇਡਾਂ ਮਦਨ ਪੰਜਾਬ ਦੀ ਹਾਂਜੀ ਹਾਂਜੀ ਇਦਾਂ ਹਾਂਜੀ ਉਹ ਪਹਿਲਾਂ ਹੋਈ ਸੀਦਿਆਦਮ ਆਜਮ ਭਗਤ ਸਿੰਘ ਜਿਵੇਂ ਹੋਈਆਂ ਸੀਗੀਆਂ 2010 ਦੇ ਵਿੱਚ ਪਤਾ ਨਹੀਂ 11 ਦੇ ਵਿੱਚ ਸੀਗੀ ਉੱਥੇ ਜੀ ਮੇਰਾ ਮਤਲਬ ਪੰਜਾਬ ਦੇ ਸੀਨੀਅਰ ਦੇ ਵਿੱਚ ਕੋਈ ਸੀਨੀਅਰ ਸੀ ਤਾਂ ਜੂਨੀਅਰ ਨਹੀਂ ਹੁੰਦੀ ਸੀ ਤਾਂ ਹੁਣ ਤਾਂ ਇਹਨਾਂ ਨੇ ਮਤਲਬ ਏਜ ਵਾਈਜ਼ ਕਰਾਨ ਲੱਗੇ ਨਾ ਮੁਕਾਬਲੇ ਉਦੋਂ ਕੱਲੀ ਸੀਨੀਅਰ ਸੀਗੀ ਉਹ ਤੇ ਉੱਥੇ ਮੇਰਾ ਪਹਿਲੀ ਵਾਰ ਮੈਡਲ ਆਇਆ ਉਦੋਂ ਮੈਨੂੰ ਲੱਖ ਰੁਪਏ ਦਿੱਤਾ ਸੀ ਪੰਜਾਬ ਸਰਕਾਰ ਨੇ ਹਾਂਜੀ ਹਾਂਜੀ ਉਹ ਮਤਲਬ ਪਹਿਲੇ ਪੈਸੇ ਮਤਲਬ ਇਨਾ ਵੱਡੀ ਅਚੀਵਮੈਂਟ ਉਹ ਮੈਨੂੰ ਤਾਂ ਲੱਗਾ ਪਤਾ ਰੱਬ ਹੀ ਮਿਲ ਗਿਆ ਮੈਨੂੰ ਲੱਖ ਰੁਪਈਆ ਮਿਲ ਗਿਆ ਹਨ ਫਿਰ ਉਸ ਤੋਂ ਬਾਅਦ ਜੀ ਫਿਰ ਲੱਖ ਰੁਪਈਆ ਜਿਹੜਾ ਸੀਗਾ ਤੇ ਮੈਂ ਪਰ ਉਹ ਇਦਾਂ ਖਰਚ ਨਹੀਂ ਕੀਤੇ ਕਿ ਹਾਂ ਮੋਟਰਸਾਈਕਲ ਲੈ ਜਾਂ ਕੁਝ ਕਰ ਲਿਆ ਉਹ ਡਾਈਟ ਤੇ ਅਸੀਂ ਲਾਏ ਪੈਸੇ ਹਨ ਜੋ ਗੇਮ ਥੋੜੀ ਜਿਹੀ ਵਧੀਆ ਕੀਤੀ ਫਿਰ ਉਸ ਤੋਂ ਬਾਅਦ ਹੀ ਮੈਂ ਉਹ ਮਤਲਬ ਉਹ ਹੱਲਾਸ਼ੀਰੀ ਮਿਲੀ ਜੀ ਮੈਨੂੰ ਉਹਨਾਂ ਲੱਖ ਰੁਪਈਆਂ ਨਾਲ ਮੈਂ ਤਿਆਰੀ ਕੀਤੀ ਉਸ ਤੋਂ ਬਾਅਦ ਮੈਂ ਆਪਣਾ ਨੈਸ਼ਨਲ ਖੇਡਿਆ ਸੀ ਨੈਸ਼ਨਲ ਜਿਹੜੀ ਓਪਨ ਹੁੰਦੀ ਆ ਸੀ ਨਾ ਜਿੱਥੇ ਮੈਂ ਬੰਗਲੌਰ ਹੋਈ ਸੀਗੀ ਮੈਂ ਆਪਣਾ 12ਵੀਂ ਦੇ ਵਿੱਚ ਹੁੰਦਾ ਸੀ ਗੇਮ ਪ੍ਰੈਕਟਿਸ ਕਰਦਾ ਮੈਂ ਤੂੰ ਬਈ ਤੂੰ ਜਾ ਆਪਣਾ ਖੇਡਣ ਜਾ ਪੇਪਰ ਅਹੀਂ ਆ ਕੇ ਦੇਖ ਲੈ ਜੇ ਮੈਂ ਕਹਾਂ ਪੰਜਾਬੀ ਚ ਫੇਲ ਤਾਂ ਸਾਰਿਆਂ ਚ ਫੇਲ ਹੂੰ ਤੇ ਫਿਰ ਜੀ ਮੈਂ ਖੇਡਣ ਚ ਲੱਗ ਗਿਆ ਉੱਥੇ ਮੈਡਾ ਸੀਨੀਅਰ ਨੈਸ਼ਨਲ ਸੀਗੀ ਮੈਂ ਛੋਟਾ ਸੀਗਾ ਮੈਂ ਮੈਡਲ ਨਹੀਂ ਆਇਆ ਪਰ ਮੈਂ 6ਵੇਂ ਨੰਬਰ ਤੇ ਆਇਆ ਜੀ ਉੱਥੇ ਤੇ ਉਹ ਪਰਫਾਰਮੈਂਸ ਦੇ ਆਧਾਰ ਤੇ ਮੈਨੂੰ ਉਹਨਾਂ ਨੇ ਇੰਡੀਆ ਟੀਮ ਚ ਬੁਲਾ ਲਿਆ ਜੂਨੀਅਰ ਦੀ ਟੀਮ ਚ ਬੁਲਾ ਲਿਆ ਜੀ ਫਿਰ ਉੱਥੋਂ ਬਈ ਸ਼ੁਰੂਆਤ ਹੋ ਗਈ ਮੇਰੀ ਤੇ ਹੁਣ ਬਸ ਹੁਣ ਤੁਹਾਡੇ ਸਾਹਮਣੇ 2023 ਦੇ ਵਿੱਚ ਮੈਂ ਡੀਟੀਮ ਛੱਡੀ ਹੈ ਜੀ 11 ਸਾਲ ਮੈਂ ਨੈਸ਼ਨਲ ਟੀਮ ਦੇ ਵਿੱਚ ਰਿਹਾ ਹਾਂ ਉਹ ਵੀ ਛੱਡੀ ਇਸ ਕਰਕੇ ਕਿ ਇਦਾਂ ਨਹੀਂ ਕਿ ਮੈਂ ਬੀਟ ਹੋ ਕੇ ਆ ਗਿਆ ਜੀ ਜ ਹਨਾ ਮੇਰਾ ਮੈਂ ਜਦੋਂ ਮੈਨੂੰ ਲੱਗਾ ਕਿ ਹੁਣ ਅੱਗੇ ਵੀ ਜ਼ਿੰਦਗੀ ਦੇਖਣੀ ਆ ਤੇ ਮੇਰਾ ਮੈਂ ਮੈਰिज ਕਰਾਈ ਆਪਣੀ ਹਨਾ ਤਾਂ ਕਰਕੇ ਮੈਂ ਬ੍ਰੇਕ ਲਈ ਇੱਕ ਸਾਲ ਦੀ ਹੁਣ ਦੁਬਾਰਾ ਸ਼ੁਰੂ ਕਰਾਂਗੇ ਟ੍ਰੇਨਿੰਗ ਤੇ ਹਾਂਜੀ ਹਾਂਜੀ ਬਈ ਤੁਹਾਡੇ ਕੋਲੇ ਨਾ ਸਭ ਤੋਂ ਵੱਡੇ ਟੂਰਨਾਮੈਂਟ 올ੰਪਿਕ ਤੋਂ ਦੂਜੀ ਨੰਬਰ ਤੇ ਕੌਨਫਰੈਂਸ ਤੋਂ ਦਾ ਇੰਟਰਨੈਸ਼ਨਲ ਟੂਰਨਾਮੈਂਟ ਕਰੀ ਦੀ ਗੱਲ ਕਰੀਏ ਤਾਂ ਤੁਹਾਡੇ ਕੋਲੇ ਤਿੰਨ ਮੈਡਲ ਆ 올ੰਪਿਕ ਦੇ ਬਾਈ ਮੈਂ 2016 ਜਿਹੜੀ ਰਿਓ ਹੋਈ ਸੀ 올ੰਪਿਕ ਉਦੋਂ ਇੰਡੀਆ ਟੀਮ ਚ ਸੀਗਾ ਜੀ ਅਸੀਂ ਬ੍ਰਾਜ਼ੀਲ ਵੀ ਗਏ ਅਸੀਂ ਰਿਓ ਗਏ ਸਾਡਾ ਕੈਂਪ ਲੱਗਾ ਸੀ ਤੁਸੀਂ ਦੋ ਮਹੀਨੇ ਪਹਿਲਾਂ ਚਲ ਗਈ ਸੀ ਇੱਥੋਂ ਅਸੀਂ ਦੋ ਮੁੰਡੇ ਸੀ ਇੱਕ ਮੁੰਡਾ ਅਰਜਨ ਉਹ ਵੱਡੀ ਉਹ ਵੀ ਮੁੰਡਾ ਸਤੀਸ਼ ਬਲਿੰਗੋ 2016 ਦਾ 올ੰਪੀਅਨ ਹੈਗਾ ਵਾ ਮੈਂ ਤੇ ਅਸੀਂ ਦੋਵੇਂ ਟੀਮ ਦੇ ਵਿੱਚ ਸੀਗੇ ਉਹ ਸਾਡੇ ਦੋਵਾਂ ਦਾ ਕੰਪੀਟੀਸ਼ਨ ਸੀਗਾ ਕਿ ਅਸੀਂ ਉਹਨਾਂ ਨੂੰ ਇੱਕ ਖੇਡਣਾ ਵਾ ਬਟ ਉੱਥੇ ਜਾ ਕੇ ਮੇਰੀ ਇੰਜਰੀ ਹੋ ਗਈ ਤੇ ਉਹ ਵੈਸੇ ਵੀ ਮੁੰਡਾ ਸਟਰੋਂਗ ਸੀਗਾ ਜੀ ਸਤੀਸ਼ ਮੇਰਾ ਸੀਨੀਅਰ ਹੈਗਾ ਵਾ ਤੇ ਉਹ ਉਹਦੇ ਇੱਥੇ ਉਹ ਖੇਡਿਆ ਜੀ 올ੰਪਿਕ ਤੇ ਮੈਂ ਨਹੀਂ ਖੇਡਿਆ ਜੀ ਲੱਕ ਵੀ ਕੰਮ ਕਰ ਦਿੰਦਾ ਕਿਉਂਕਿ ਬਿਲਕੁਲ ਬਈ ਲੱਕ ਫਾਰਮ ਚੋਂ ਉਦੋਂ ਇੰਜਰੀ ਹੋ ਗਈ ਫਿਰ ਅਗਲਾ 4 ਸਾਲਾਂ ਬਾਅਦ ਪੈ ਜਾਂਦਾ ਕੰਮ ਜੀ ਹਾਂ ਜੀ ਹਾਂ ਜੀ ਹਾਂ ਜੀ ਕਿਉਂਕਿ ਜਿਹੜੇ ਵੱਡੇ ਟੂਰਨਾਮੈਂਟ ਹੁੰਦੇ ਆ ਜਿੱਦਾਂ ਕੌਨਸਲ ਗੇਮਾਂ ਹੋ ਗਈਆਂ 올림픽 ਹੋ ਗਈ ਜਾਂ ਇਸਨ ਗੇਮਾਂ ਹੋ ਗਈ 4 ਸਾਲ ਬਾਅਦ ਹੁੰਦੀਆਂ ਨੇ ਚੈਂਪੀਅਨਸ਼ਿਪ ਹਰ ਇੱਕ ਸਾਲ ਹੁੰਦੀ ਹੈ ਗੇਮਸ ਜਿਹੜੀਆਂ ਹੁੰਦੀਆਂ 4 ਸਾਲ ਬਾਅਦ ਹੁੰਦੀਆਂ ਨੇ ਹਨਾ ਤੇ ਚਲੋ ਉਹਦੋਂ ਨਹੀਂ ਸਬ ਬਣਿਆ ਫਿਰ ਬਟ ਮੈਨੂੰ ਇਦਾਂ ਵਾ ਬਾਕੀ ਬ Olympics ਨਹੀਂ ਖੇਡੀ ਬਾਕੀ ਸਾਰੀ ਟੂਰਨਾਮੈਂਟ ਖੇਡ ਲਈਏਸ਼ੀਅਨ ਗੀਮਾਂ ਵਿੱਚ ਦੋ ਵਾਰ ਖੇਡੇ ਆ ਕਮਨ ਗੀਮਾਂ ਤਿੰਨ ਵਾਰ ਖੇਡੇ ਆ ਸੈਵ ਗੀਮਸ ਖੇਡ ਲਈਆਂ ਵਰਲਡ ਚੈਂਪੀਅਨਸ਼ਿਪਾਂ ਖੇਡ ਲਈਆਂ ਹਨਾ ਨੈਸ਼ਨਲ ਗੀਮਸ ਖੇਡ ਲਈਆਂ ਬਹੁਤ ਸਾਰਾ ਮਤ ਸਾਰੀਆਂ ਗੀਮਸ ਖੇਡ ਲਈਆਂ ਬਸ Olympics ਦਾ ਠੱਪਾ ਰਹਿ ਗਿਆ ਇੱਕ ਪਰ ਚਲੋ ਕੋਈ ਗੱਲ ਨਹੀਂ ਮਹਤਵ ਕਰਦੇ ਹਾਂ ਹਲ ਤਾਂ ਇਹ ਵੀ ਬਹੁਤ ਵੱਡੀ ਗੱਲ ਹੈ ਕੌਨ ਵੈਲਥ ਚ ਮੈਡਲ ਆਉਣੇ ਉਹ ਵੀ ਤਿੰਨ ਲਗਾਤਾਰ ਆਉਣੇ ਇੰਡੀਆ ਦਾ ਪਹਿਲਾ ਪਲੇਅਰ ਤੁਸੀਂ ਜਿਹੜੇ ਤਿੰਨ ਲਗਾਤਾਰ ਮੈਡਲ ਕਮੋਨ ਰਿਪਲਟ ਚੋਂ ਵੇਟ ਲਿਫਟਿੰਗ ਚੋਂ ਆਏ ਹਾਂਜੀ ਹਾਂਜੀ ਇੰਡੀਆ ਦਾ ਪਹਿਲਾ ਪਲੇਅਰ ਵੇਲ ਲਿਫਟਿੰਗ ਦੇ ਵਿੱਚੋਂ ਮਤਲਬ ਹੋਰ ਵੀ ਮੈਡਲ ਇਦਾਂ ਜਿਹੜੀਆਂ ਬਾਕੀਆਂ ਗੇਮਾਂ ਹੈਗੀਆਂ ਉਹਨਾਂ ਦੇ ਵਿੱਚ ਹੋਣੇ ਪਲੇਅਰ ਮੈਨੂੰ ਪਤਾ ਨਹੀਂ ਬਟ ਵੇਲ ਲਿਫਟਿੰਗ ਦੇ ਵਿੱਚੋਂ ਮੈਂ ਇੰਡੀਆ ਦਾ ਇਕਲੌਤਾ ਪਲੇਅਰ ਮਾਨ ਪੰਜਾਬ ਦੇ ਪੁੱਤਰ ਦੇ ਹਿਸਿਆ ਹੈ ਹਾਂ ਕੀ ਆ ਨੀ ਬਿਲਕੁਲ ਜੀ ਚਲੋ ਮਿਹਨਤ ਕੀਤੀ ਸੀ ਥੋੜੀ ਕਰਦਿਆਂ ਦੇ ਕਰਮ ਚੰਗੇ ਸੀਗੇ ਬਾਕੀ ਦਵਾਵਾ ਸੀਗੀ ਜੀ ਤੇ ਵਧੀਆ ਮੈਂ ਬਹੁਤ ਮਾਣ ਮਹਿਸੂਸ ਹੁੰਦਾ ਵਾ ਕਿਤੇ ਦੱਸੀਦਾ ਜਾ ਕੇ ਭਾਈ ਤਿੰਨ ਵਾਰ ਦੇ ਮੈਡਲ ਇਸ ਅਰਜਨਾ ਵੱਡੀ ਵਿਨਰ ਆ ਤੇ ਵਧੀਆ ਲੱਗਦਾ ਜੀ ਇੱਕ ਬਈ ਮੈਂ ਦੇਖਿਆ ਤੁਹਾਡਾ ਮੈਚ ਜਦੋਂ ਤੁਸੀਂ ਐਦਕੀ ਮੈਡਲ ਜਿੱਤਿਆ ਕੌਨਵੈਸ ਦੇ ਵਿੱਚੋਂ ਤੇ ਤੁਸੀਂ ਮੂਸੀ ਵਾਲੇ ਨੂੰ ਥਾਪੀ ਮਾਰੀ ਹੈ ਪੱਟ ਤੇ ਉਹ ਕਿਵੇਂ ਬੰਨ ਦੇ ਵਿੱਚ ਆਇਆ ਕਿ ਥਾਪੀ ਮਾਰ ਕੇ ਦੱਸੀਏ ਕਿ ਅਸੀਂ ਪੰਜਾਬੀ ਹੁੰਨੇ ਆ ਨਹੀਂ ਹਾਂਜੀ ਉਹ ਮਤਲਬ ਮੈਂ ਵੈਸੇ ਸਿੱਧੂ ਮੂਸੇ ਵਾਲਾ ਦਾ ਫੈਨ ਹੈਗਾ ਮੈਂ ਤੇ ਮੈਨੂੰ ਲੱਗਦਾ ਹਮੇਸ਼ਾ ਰਹੂੰਗਾ ਮੈਂ ਹੁਣ ਵੀ ਅੱਜ ਹਨਾ ਦੋ ਆਈ ਥਿੰਕ ਤਿੰਨ ਸਾਲ ਹੋਣ ਵਾਲੇ ਨੇ ਤਿੰਨ ਮੈਨੂੰ ਤਿੰਨ ਸਾਲ ਹੋ ਜਣੇ ਹਨਾ ਤੇ ਬਟ ਮੈਂ ਹਮੇਸ਼ਾ ਤੋਂ ਪਹਿਲਾਂ ਵੀ ਜਦੋਂ ਉਹਨਾਂ ਦੇ ਗਾਣੇ ਲਾਂਚ ਹੋਏ ਸੀਗੇ ਪਹਿਲਾਂ ਉੱਚੀਆਂ ਨਿੱਗਲਾਂ ਤੇਰੇ ਯਾਰ ਦੀਆਂ ਉੱਥੋਂ ਮੈਂ ਸੋਨਾ ਸਟਾਰਟ ਕੀਤਾ ਸੀਗਾ ਤੇ ਉਹ ਮੈਂ ਸੋਂਦਾ ਹੀ ਰਹਿਣਾ ਸੀ ਗਾਣੇ ਤੇ ਉਹ ਇੱਕ ਉਹਨਾਂ ਦੇ ਮੂਸੀਅਲ ਦੇ ਗਾਣੇ ਸੁਣ ਕੇ ਜੋਸ਼ ਆਉਂਦਾ ਸੀ ਜੋ ਪ੍ਰੈਕਟਿਸ ਕਰਦੇ ਸੀ ਬਿਲਕੁਲ ਬਿਲਕੁਲ ਭਾਈ ਜੋਸ਼ ਆਉਂਦਾ ਸੀਗਾ ਤੁਸੀਂ ਮੇਰੀਆਂ ਵੀਡੀਓਆਂ ਦੇਖੀਆਂ ਹੋਣੀਆਂ ਮੈਂ ਹਮੇਸ਼ਾ 에ਅਰਪੋਰਟ ਲਾ ਕੇ ਟ੍ਰੇਨਿੰਗ ਕਰਦਾ ਇੱਕ ਮੇਰੇ ਲੱਗਾਈ ਹੁੰਦਾ ਕੰਨ ਤੇ ਕੋਚ ਅਦਰਾਜ ਕਰਦੇ ਕਹਿੰਦੇ ਤੂੰ ਕਨਸੈਂਟਰੇਟ ਕਰਿਆ ਕਰ ਇਥੇ ਗਾਣੇ ਮੂਸੀਅਲ ਦੀ ਚਲਦੀ ਸੀ ਹਾਂਜੀ ਹਾਂਜੀ ਮਤਲਬ ਇਦਾਂ ਤਕਰੀਬਨ ਮਤਲਬ ਜਿੱਦਾਂ ਲਾ ਲਓ 100 ਗਾਣੇ ਚੱਲਿਆ ਵਾ ਨਾ ਜਿੱਦਾਂ ਲਾ ਲਓ ਦੱਸਾਂਗੇ ਦਿਨਾਂ ਸੋ ਗਾਣੇ ਸੁਣਿਆ ਵਾ ਤਾਂ ਸੌ ਚ 90 ਉਹਦੇ ਹੀ ਹੋਣੇ ਸੀ ਤੇ ਮੈਨੂੰ ਲੱਗਦਾ ਨਹੀਂ ਕੋਈ ਮੈਂ ਉਹਦੀ ਇੰਟਰ ਤੇ ਉਹਦਾ ਇੱਕ ਲਾਈਵ ਇੰਟਰਵਿਊ ਹੋਇਆ ਸੀਗਾ ਡੇਢ ਵੇ ਹੈਨਾ ਸੋਰੀ ਸ਼ੋਜ਼ ਮੇਲਾ ਸੀਗਾ ਸ਼ੋਅ ਸੀਗਾ ਉੱਥੇ ਉਹਨੇ ਕਹਿੰਦੇ ਕਹਿੰਦਾ ਥਾਪੀ ਕਹਿੰਦਾ ਜੋਰ ਦਾ ਪ੍ਰਤੀਕ ਹੁੰਦੀ ਆ ਤੇ ਉਦੋਂ ਸਾਰੇ ਟ੍ਰਿਬਿਊਟ ਦੇ ਰਹੇ ਸੀਗੇ ਤੇ ਮੈਨੂੰ ਵੀ ਲੱਗਾ ਕਿ ਉਹ ਕਿਉਂ ਨਾ ਬਸ ਇਹਦਾ ਮੇਰੇ ਟ੍ਰਿਬਿਊਟ ਦੀ ਉਹਨਾਂ ਨਾਲ ਉਹ ਪਹਿਲਾਂ ਹੀ ਉਹਨਾਂ ਕੋ ਬੜਾ ਬਹੁਤ ਜ਼ਿਆਦਾ ਫੇਮ ਹੈਗਾ ਸੀਗਾ ਤੇ ਹੈਗਾ ਵੀ ਹੈਨਾ ਤੇ ਮੈਨੂੰ ਲੱਗਾ ਕਿ ਸ਼ਾਇਦ ਮੈਂ ਵੀ ਥੋੜਾ ਕੁਝ ਕੁਝ ਕੰਟਰੀਬਿਊਟ ਕਰ ਸਕਾਂਗੇ ਨਹੀਂ ਦੱਸ ਸਕਾਂਗੇ ਅਸੀਂ ਪੰਜਾਬ ਤੋਂ ਆਨੇ ਆ ਹਨਾ ਇਸ ਕਰਕੇ ਉਹ ਥਾਪੀ ਦਾ origin ਅਸੀਂ ਤਿੰਨ ਪਲੇਅਰ ਸੀਗੇ ਪੰਜਾਬ ਦੇ ਮੈਂ ਸੀਗਾ ਲਾਪਰੀਤ ਸੀਗਾ ਤੇ ਗੁਰਦੀਪ ਸੀਗਾ ਅਸੀਂ ਤਿੰਨਾਂ ਨੇ ਹੀ ਸਲਾਹ ਕਲੀ ਦੀ ਗਿਆ ਅਸੀਂ ਜੇ ਸਾਡਾ ਮੈਡਲ ਆਇਆ ਭਾਈ ਅਸੀਂ ਥਾਪੀ ਮਾਰਨੀ ਹੈ ਜੇ ਇੰਟਰਵਿਊ ਹੋਣੀ ਹੈ ਕਹਿੰਦਾ ਸਿੱਧੂ ਮੂਸੇਵਾਲੇ ਦੇ ਫੈਨ ਨਾ ਭਾਈ ਅਸੀਂ ਅਸੀਂ ਵੀ ਫੈਨ ਅਸੀਂ ਗਾਣੇ ਉਹਦੇ ਉਹਦੇ ਸੁਣਦੇ ਸੀਗੇ ਜੀ ਹਾਂਜੀ ਹਾਂਜੀ ਮਤਲਬ ਫਿਰ ਦਸਤਾ ਵੀ ਪੰਜਾਬੀ ਅਸੀਂ ਖੇਡਾਂ 'ਚ ਵੀ ਅੱਗੇ ਆ ਦੁਨੀਆ ਨੂੰ ਦੱਸਿਆ ਉੱਥੇ ਦੁਨੀਆ ਤੁਹਾਨੂੰ ਦੇਖ ਰਹੀ ਹੁੰਦੀ ਹੈ ਕਿ ਚਿੰਗਮ ਦੇ ਵਿੱਚ ਇੰਡੋਰ ਸਟੇਡੀਅਮ ਸੀਗਾ 3-4000 ਬੰਦਾ ਹੋਣਾ ਉੱਥੇ ਤੇ ਜਿਆ ਡੀਜੇ ਵਾਲਾ ਸੀਗਾ ਉਹ ਮਤਲਬ ਪੰਜਾਬੀ ਸੀਗਾ ਉੱਥੇ ਉਧਰ ਦਾ ਪੰਜਾਬੀ ਸੀਗਾ ਅੱਛਾ ਹਾਂਜੀ ਹਾਂਜੀ ਦੇ ਉਹਨਾਂ ਨੂੰ ਸਪੈਸ਼ਲ ਕਹਿ ਕੇ ਆਏ ਸੀ ਮੈਂ ਕਿਹਾ ਗਾਣਾ ਲੱਗਣਾ ਚਾਹੀਦਾ ਮੈਂ ਕਿਹਾ ਮੇਰੇ ਤੁਸੀਂ ਹਾਂਜੀ ਮੇਰੀ ਇੰਟਰਵਿਊ ਤੋਂ ਚੈੱਕ ਉਹ ਮੇਰੀਆਂ ਵੀਡੀਓ ਚੈੱਕ ਕਰੋਗੇ ਭਾਰ ਚੱਕਦੇ ਜਦੋਂ ਕੰਪੀਟੀਸ਼ਨ ਲੱਗਦਾ ਵਾ ਜਦੋਂ ਤੁਸੀਂ ਲਿਫਟ ਕਰਦੇ ਆ ਪਲੇਟਫਾਰਮ ਤੇ ਹਨਾ ਤੇ ਉਸ ਤੋਂ ਬਾਅਦ ਮਤਲਬ ਅਗਲਾ ਲਿਫਟ ਲਿਫਟਰ ਨੂੰ ਬੁਲਾਉਂਦੇ ਆ ਜਿਹਦਾ ਪਲੇਅਰ ਨੂੰ ਬੁਲਾਉਂਦੇ ਚੱਕਣ ਪਰਫਾਰਮ ਕਰਨ ਵੇਲੇ ਵਿੱਚ ਬ੍ਰੇਕ ਆਉਂਦੀ ਆ ਇੱਕ ਮਿੰਟ ਦੀ ਬ੍ਰੇਕ ਆਉਂਦੀ ਆ ਇੱਕ ਮਿੰਟ ਦੇ ਵਿੱਚ ਤੁਹਾਨੂੰ ਪਰਫਾਰਮ ਕਰਨਾ ਹੁੰਦਾ ਵਾ ਤੇ ਉਹਦੇ ਵਿੱਚ ਜਦੋਂ ਮੇਰਾ ਨਾਮ ਆਉਂਦਾ ਸੀਗਾ ਜਦੋਂ ਮੇਰਾ ਨਾਮ ਕਹਿੰਦੇ ਵਿਕਾਸ ਠਾਕੁਰ ਫਰੋਮ ਇੰਡੀਆ ਹਨਾ ਤੇ ਫਿਰ ਹਾਂਜੀ ਹਾਂਜੀ ਚੱਲਦੀ ਉਹ ਤੇ ਚੱਲਦਾ ਸੀ ਗਾਣਾ ਜੀ ਬੜਾ ਵਧੀਆ ਆਉਂਦਾ ਸੀ ਯੂਸ ਸੁਣ ਕੇ ਬਿਲਕੁਲ ਬਿਲਕੁਲ ਭਾਈ ਹਾਂਜੀ ਤੇ ਹਮੇਸ਼ਾ ਮੈਂ ਹੁਣ ਵੀ ਸੁਣਦਾ ਰਹਿਣਾ ਗਾਣੇ ਜੀ ਉਹਨਾਂ ਦੇ ਤੇ ਵਧੀਆ ਲੱਗਦਾ ਕਿਤੇ ਜਾਣਾ ਹੋਵੇ ਗੱਡੀ 'ਚ ਤੇ ਘਰ ਦੇ ਵੀ ਕਹਿੰਦੇ ਰਹਿੰਦੇ ਆ ਤੂੰ ਕਿ ਗਾਣੇ ਨਹੀਂ ਬੰਦ ਕਰਦਾ ਥੋੜਾ ਮੈਂ ਲਾਊਡ ਵੀ ਸੁਣਦਾ ਵਾਂ ਕਹਿੰਦੇ ਪਰ ਮੈਂ ਕਹਾਂ ਚਲੋ ਵਧੀਆ ਲੱਗਦਾ ਜੀ ਹਾਂਜੀ ਸ਼ਾਬਾਸ਼ ਤਾ ਵਿਕਾਸ ਠਾਕਰੋ ਮੁੰਡਾ ਜਿਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਸਾਡੀ ਥਾਪੀ ਨੂੰ ਮਸ਼ਹੂਰ ਕੀਤਾ ਜਿਹੜੀ ਜੋਰ ਦੀ ਪ੍ਰਤੀਕ ਆ ਸਿੱਧੂ ਮੂਸੇਵਾਲਾ ਵੀ ਮਾਰਦਾ ਹੁੰਦਾ ਸੀ ਤੇ ਬਾਈ ਨੇ ਵੀ ਉਹਨਾਂ ਤੋਂ ਦੇਖ ਕੇ ਦੱਸਿਆ ਕਿ ਅਸੀਂ ਜੋਰ ਵਾਲੇ ਮੁੰਡੇ ਹੁੰਨੇ ਆ ਪੰਜਾਬ ਦੇ ਅਸੀਂ ਵੀ ਥਾਪੀਆਂ ਮਾਰਗੇ ਚੰਗਾ ਲੱਗਦਾ ਜਦੋਂ ਅ ਇਦਾਂ ਪੰਜਾਬ ਦੇ ਮੁੰਡੇ ਪੂਰੀ ਦੁਨੀਆ ਨੂੰ ਦੱਸਦੇ ਆ ਕਿ ਅਸੀਂ ਪੰਜਾਬੀ ਆ ਜੋਰ ਵਾਲੇ ਹੁੰਨੇ ਆ ਅਸੀਂ ਖੇਡ ਵੀ ਚੰਗਾ ਲੈਂਦੇ ਆ ਤੇ ਬਾਈ ਅ ਜੇ ਆਪਾਂ ਗੱਲ ਕਰੀਏ ਤੁਹਾਡੀ ਖੇਡ ਦੀ ਤਾਂ ਹੁਣ ਤੁਹਾਨੂੰ ਕੀ ਲੱਗਦਾ ਕਾਫੀ ਵੈਸੇ ਤਾਂ ਤੁਹਾਡੇ ਕੋਲੇ ਮੈਡਲ ਆ ਗਏ ਅੱਗੇ ਕੀ ਪਲੈਨਿੰਗ ਹੈਗੀ ਕਿੱਥੋਂ ਤੱਕ ਜਾਣਾ ਹੋਰ ਅਗੇ ਭਾਈ ਦੇਖੋ ਇੱਕ ਨਾ ਜਿਹੜਾ ਸਪੋਰਟਸ ਦਾ ਕਰੀਅਰ ਹੁੰਦਾ ਵਾ ਇਹ ਮਤਲਬ ਬਹੁਤ ਲਿਮਟਿਡ ਜਿਹਾ ਹੁੰਦਾ ਵਾ ਹਨਾ ਤੁਸੀਂ 5 ਸਾਲ ਕਰ ਸਕਦੇ ਹੋ ਇਦਾਂ ਨਹੀਂ ਕਿ ਅਸੀਂ ਕਿਤੇ ਕੋਈ ਹਾਂਜੀ ਹਾਂਜੀ ਜਦੋਂ 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 ਤੁਹਾਡੇ ਹੱਥ ਪੈਰ ਜਾਂ ਗੋਡੇ ਸਲਾਮਤ ਹੈਗੇ ਨਹੀਂ ਉਦੋਂ ਤੁਸੀਂ ਬਾਹਰ ਜਾ ਸਕਦੇ ਹੋ ਜਾਂ ਕੋਈ ਵੀ ਗੇਮ ਕਰ ਸਕਦੇ ਹੋ ਹਨਾ ਜਿੰਦਾ ਜੋ ਕੋਈ ਕੋਈ ਕ੍ਰਿਕਟ ਖੇਡਦਾ ਵਾ ਤੇ ਉਹ ਵੀ ਮਤਲਬ 35 40 ਦੇ ਵਿੱਚ ਹੋ ਜਾਂਦਾ ਰਿਟਾਇਰ ਤੇ ਬੀ ਲਿਫਟਿੰਗ ਦੇ ਵਿੱਚ ਭਾਈ ਮੈਨੂੰ ਲੱਗਦਾ ਕਿ ਹਲੇ ਮੇਰੇ 3 4 ਸਾਲ ਮੇਰੇ ਹੋਰ ਪਏ ਨੇ ਮਤਲਬ 3 4 ਸਾਲ ਦਾ ਮਤਲਬ ਹੈ ਇੰਟਰਨੈਸ਼ਨਲ ਲੈਵਲ ਤੇ ਜੀ ਤੇ ਮੈਂ ਕੋਸ਼ਿਸ਼ ਕਰੂੰਗਾ ਹੁਣ ਕਿ ਦੁਬਾਰਾ ਤੋਂ ਟ੍ਰੇਨਿੰਗ ਸਟਾਰਟ ਕੀਤੀ ਜਾਵੇ ਹੁਣ ਮੈਂ ਸਟਾਰਟ ਕਰਤੀ ਹੈ ਤੇ ਮੈਨੂੰ ਲੱਗਦਾ ਕਿ ਔਨ ਅਗਲੀਆਂ ਗੇਮਾਂ ਦੇ ਵਿੱਚ ਵੀ ਜਿੱਥੇ ਤੁਸੀਂ 3 ਟਾਈਮ ਕਰਨੇ ਹੋ ਤੁਸੀਂ 4 ਟਾਈਮ ਨੈਕਸਟ ਟਾਈਮ ਉਹ ਮਿਲ ਜੇ ਤੁਸੀਂ 4 ਟਾਈਮ ਮੈਡਲਿਸਕ ਉਹ ਤਾਂ ਮੈਨੂੰ ਹੋਰ ਮਤਲਬ ਵਧੀਆ ਵਧੀਆ ਲੱਗੂਗਾ ਜੀ ਕੀ ਬਾਤ ਹੈ ਬਈ ਟ੍ਰੇਨਿੰਗ ਦੀ ਗੱਲ ਕਰਾਂ ਤਾਂ ਡੇਲੀ ਕਿੰਨੀ ਕਿ ਟ੍ਰੇਨਿੰਗ ਕਰਦੇ ਹਾਂ ਕੀ ਸ਼ਡਿਊਲ ਰਹਿੰਦਾ ਡੰਡ ਵਗੈਰਾ ਕਿੰਨਾ ਕਿ ਲਾਉਂਦੇ ਹਾਂ ਬਾਈ ਟ੍ਰੇਨਿੰਗ ਆਪਣੀ ਜਦਾਂ ਅਸੀਂ ਨੈਸ਼ਨਲ ਟੀਮ ਦੇ ਵਿੱਚ ਜਦੋਂ ਹੁੰਨੇ ਆ ਤੇ ਜਦੋਂ ਮੈਂ 에ਅਰ ਫੋਰਸ ਦੇ ਵਿੱਚ ਆਪਾਂ ਹੁੰਨੇ ਆ ਘਰੇ ਸ਼ਡਿਊਲ ਨਹੀਂ ਘਰੇ ਟ੍ਰੇਨਿੰਗ ਨਹੀਂ ਹੁੰਦੀ ਏਦਾਂ ਜੇ ਆਪਾਂ ਕਰਨੀ ਹੋਵੇ ਹਨਾ ਪਰ ਜਦੋਂ ਆਪਾਂ ਕੈਂਪ ਦੇ ਵਿੱਚ ਹੁੰਨੇ ਆ ਜਾਂ ਕਿਤੇ ਟੀਮ ਦੇ ਨਾਲ ਹੁੰਨੇ ਆ ਤੇ ਬਾਈ ਸਵੇਰੇ ਅਸੀਂ 6 ਵਜੇ ਉੱਠਦੇ ਆ ਮਤਲਬ ਉੱਠਦਾ 5 ਵਜੇ 6 ਵਜੇ ਅਸੀਂ ਗਰਾਊਂਡ ਪਹੁੰਚ ਜੰਨੇ ਆ ਠੰਡ ਹੋਵੇ ਕੁਝ ਵੀ ਹੋਵੇ ਮੈਂ 6 ਵਜੇ ਗਰਾਊਂਡ ਪਹੁੰਚ ਕੇ ਘੰਟਾ ਅਸੀਂ ਕਰਨੀ ਆਪਣੀ ਜੋਗਿੰਗ ਵੈਰਾ ਕਰਦੇ ਆ ਐਕਸਰਸ ਜਾਂ ਸਟ੍ਰੈਚਿੰਗ ਵੈਰਾ ਕਰਦੇ ਆ 7 ਵਜੇ ਅਸੀਂ ਆ ਕੇ 7:30 ਬ੍ਰੀਕਫਾਸਟ ਕਰਕੇ 8 ਵਜੇ ਦੋ ਘੰਟਾ ਬਾਅਦ ਨੈਪ ਲੈਣਾ ਵਾ 9 9:30 ਵਜੇ 9:30 ਟੁਰ ਜਾਣਾ ਵਾ 10 ਵਜੇ ਫੇਰ ਟ੍ਰੇਨਿੰਗ ਨੂੰ ਚੱਲ ਜਾਣਾ ਜੀ 10 ਵਜੇ ਤੋਂ ਲੈ ਕੇ 1 ਵਜੇ ਤੱਕ ਤੁਹਾਨੂੰ ਵਾਪਸ ਵਾਪਸੀ 1 ਵਜੇ ਆਉਣਾ ਸਿੱਧਾ ਹੀ ਮੈਸੇਜ ਜੰਨੇ ਆ ਕਮਰੇ 'ਚ ਨਹੀਂ ਜਾਣਾ ਕਿ ਟਾਂ ਬੈਗ ਟੰਗੇ ਹੁੰਦੇ ਆ ਤੇ ਰੋਟੀ ਖਾ ਕੇ ਨਹਾ ਤੋ ਕੇ ਰੋਟੀ ਖਾ ਕੇ ਨਾਣਾ ਤੇ ਸੋ ਜਾਣਾ ਜੀ ਫੇਰ ਸ਼ਾਮ ਨੂੰ 5 ਵਜੇ ਚੱਲਣਾ ਜੀ ਫੇਰ ਸ਼ਾਮ ਨੂੰ 8-9 ਵਜੇ ਜਾਂਦੇ ਜੀ ਮਤਲਬ ਹਾਂਜੀ 7-8 ਘੰਟੇ ਹੋ ਜਾਂਦੇ ਡੇਲੀ ਜੀ ਪ੍ਰੈਕਟਿਸ ਪ੍ਰੈਕਟਿਸ ਹਾਂਜੀ ਭਾਈ ਮਤਲਬ ਫੇਰ ਮੈਟ ਲਾਉਂਦੇ ਆ 7-8 ਘੰ ਪ੍ਰੈਕਟਿਸ ਵੀ ਉਹ ਜ਼ਰੂਰੀ ਹੈ ਤੇ 7-8 ਘੰਟੇ ਤੁਸੀਂ ਮਿਹਨਤ ਕਰਕੇ ਮਤਲਬ ਜੋਰ ਲਾ ਕੇ ਹਨਾ ਤੇ ਆ ਆ ਕੇ ਫਿਰ ਟਾਈਮ ਨਿਕਲਦਾ ਕੋਈ 16 ਬਸ ਇਦਾਂ ਪੇ ਹੁੰਨੇ ਆ ਮੰਜੇ ਤੇ ਪਤਾ ਲੱਗਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਇਦਾਂ ਦਾ ਵੀ ਟਾਈਮ ਨੀਂਦ ਵੀ ਚੰਗੀ ਆਉਂਦੀ ਹੋਊਗੀ ਕਿਉਂਕਿ 7-8 ਘੰਟੇ ਪ੍ਰੈਕਟਿਸ ਕਰਨੀ ਵੀ ਬਹੁਤ ਔਖਾ ਹਾਂਜੀ ਹਾਂਜੀ ਨੀਂਦ ਨੀਂਦ ਉਹ ਖੁੱਲ ਅੱਖ ਨਹੀਂ ਖੁੱਲਦੀ ਕਈ ਵਾਰ ਤਾਂ ਯਾਰ ਕਿ ਜਾਣਾ ਪਰ ਹੁਣ ਸ਼ਡਿਊਲ ਬਣ ਗਿਆ ਜਦੋਂ ਪਹਿਲਾ ਪਹਿਲਾਂ ਬੜੀ ਪ੍ਰੋਬਲਮ ਹੈ ਜਦੋਂ ਪਹਿਲੀ ਵਾਰ ਨੈਸ਼ਨਲ ਟੀਮ 'ਚ ਗਏ ਉਦੋਂ ਬੜੀ ਪ੍ਰੋਬਲਮ ਹੁੰਦੀ ਸੀ ਕਿਉਂਕਿ ਟ੍ਰੇਨਿੰਗ ਜ਼ਿਆਦਾ ਮਤਲਬ ਬੋਡੀ ਨੇ ਅਡਾਪਟ ਕਰ ਲਿਆ ਤੇ ਮੈਨੂੰ ਲੱਗਦਾ ਕਿ ਬੋਡੀ ਨੇ ਸਾਥ ਦਿੱਤਾ ਤਾਂ ਹੀ ਮੈਂ 12 ਸਾਲ ਮੈਂ ਨੈਸ਼ਨਲ ਟੀਮ ਦੇ ਵਿੱਚ ਖੜਤੇ ਜੀ ਡਾਈਟ ਦਾ ਕੀ ਰਹਿੰਦਾ ਸ਼ਡਿਊਲ ਬਈ ਕਾਖੀ ਕਿਉਂਕਿ ਪਲੇਅਰ ਨੂੰ ਕਾਫੀ ਧਿਆਨ ਰੱਖਣਾ ਪੈਂਦਾ ਡਾਈਟ ਦਾ ਕੀ ਖਾਣਾ ਕੀ ਨਹੀਂ ਡਾਈਟ ਕਿਦਾਂ ਦੀ ਰਹਿੰਦੀ ਹੈ ਤੁਹਾਡੀ ਬਈ ਮੇਰਾ ਜਦਾਂ ਮਿਡਲ ਹੈਵੀवेट ਹੈਗਾ ਵਾ ਨਾ ਮੈਂ 96 ਕਿਲੋ ਚ ਖੇਡਦਾ ਵਾਂ ਤੇ ਮੇਰਾ ਇਹ ਨਾ ਉਹ ਨਹੀਂ ਹੈਗਾ ਕਿ ਮੈਨੂੰ ਮਤਲਬ ਬੋਇਲ ਜਿਆਦਾ ਖਾਣਾ ਵਾ ਜਾਂ ਅਸੀਂ ਮਤਲਬ ਓਇਲ ਹੀ ਨਹੀਂ ਖਾਣਾ ਜ਼ਿਆਦਾ ਮਤਲਬ ਲਿਮਿਟਡ ਆ ਓਇਲ ਹੀ ਇਦਾਂ ਫਾਸਟ ਫੂਡ ਅਸੀਂ ਅਵੋਇਡ ਕਰਦੇ ਆ ਥੋੜਾ ਜਿਹਾ ਇਦਾਂ ਕਰਦੇ ਆ ਕਿ ਜਦੋਂ ਅਸੀਂ ਕੁਝ ਤਲਿਆ ਤੁਲਿਆ ਖਾ ਲੈਂਦੇ ਆ ਤਾਂ ਟ੍ਰੇਨਿੰਗ ਜੋ ਮਤਲਬ ਥੋੜਾ ਜਿਹਾ ਔਖਾ ਹੁੰਦਾ ਵਾ ਅਗਲੇ 3-4 ਦਿਨ ਬਾਅਦ ਫਿਰ ਪਤਾ ਲੱਗਦਾ ਕਿ ਨਹੀਂ ਆ ਸੜ ਤੇਲ ਖਾਦਾ ਸੀ ਹੁਣ ਹੱਡਾਂ ਚ ਰਚਦਾ ਨਹੀਂ ਟ੍ਰੇਨਿੰਗ ਹੁੰਦੀ ਨਹੀਂ ਆ ਨਾ ਤੇ ਥੋੜਾ ਜਦੋਂ ਟੂਰਨਾਮੈਂਟ ਹੁੰਦੇ ਆ ਲਾਗੇ ਜਿਦਾਂ ਹੁਣ ਤੁਸੀਂ ਕੀ ਆਪਾਂ ਗੱਲ ਕਰੀ ਕੌਂਗ ਗੇਮ ਸੀਗੀ ਤਾਂ ਉਹ ਤੋਂ 3 ਕੇ ਮਹੀਨੇ ਪਹਿਲਾਂ ਅਸੀਂ ਸਟ੍ਰਿਕਟ ਡਾਈਟ ਫੋਲੋ ਕਰਦੇ ਆਂ ਕਿ ਅਸੀਂ ਕੋਈ ਤਲਿਆ ਤਲੀ ਚੀਜ਼ ਨਾ ਖਾਏ ਤੇ ਮੋਸਟਲੀ ਜਿਆਦਾ ਮੀਟ ਮੂਟ ਦਾ ਅਸੀਂ ਸੇਵਨ ਜਿਆਦਾ ਕਰਦੇ ਆਂ ਹਣਾ ਤੇ ਬਸ ਆਹੀ ਡਾਈਟ ਆ ਨਾਰਮਲੀ ਡਾਈਟ ਆ ਕੋਈ ਜਿਆਦਾ ਬਹੁਤ ਹੀ ਕੋਈ ਇਦਾਂ ਨਹੀਂ ਕੋਈ 10 ਕਿਲੋ ਮੀਟ ਖਾ ਲਿਆ ਜਾਂ ਕੋਈ ਦੁੱਧ ਪੀ ਲਿਆ ਇਦਾਂ ਦਾ ਕੁਝ ਨਹੀਂ ਨਾ ਨਾਰਮਲ ਡਾਈਟ ਹੈਗੀ ਆ ਬਾਕੀ ਸਪਲੀਮੈਂਟ ਵਗੈਰਾ ਹੁੰਦੇ ਆ ਜੀ ਜੀ ਤੁਸੀਂ ਬਈ ਪੰਜਾਬ ਦਾ ਨਾਮ ਰੌਸ਼ਨ ਕੀਤਾ ਦੇਸ਼ ਨੂੰ ਮੈਡਲ ਦਿੱਤੇ ਆ ਪਲੇਅਰਾਂ ਦੀ ਅਕਸਰ ਇੱਕ ਗਿਲਾ ਜਾਂ ਹੁੰਦਾ ਕਿ ਸਾਡੀ ਉਨੀ ਕਦਰ ਨਹੀਂ ਪੈਂਦੀ ਤੁਸੀਂ ਸੰਤੁਸ਼ਟ ਹੋ ਕਿ ਜਿੰਨਾ ਤੁਸੀਂ ਦੇਸ਼ ਲਈ ਨਾਮ ਰੋਸ਼ਨ ਕੀਤਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਤੁਹਾਨੂੰ ਦਿੱਤਾ ਸਰਕਾਰਾਂ ਨੇ ਉਹਨਾਂ ਹਾਂਜੀ ਸਰਕਾਰਾਂ ਨੇ ਜੀ ਹੁਣ ਕਾਫੀ ਸਪੋਰਟ ਸਰਕਾਰਾਂ ਬਹੁ ਕਰ ਰਹੀਆਂ ਨੇ ਨਵੀਆਂ-ਨਵੀਆਂ ਨੀਤੀਆਂ ਆ ਰਹੀਆਂ ਨੇ ਹਾਲੇ ਜਿੱਦਾਂ ਹੁਣ ਪੰਜਾਬ ਨੇ ਵੀ ਨਵੀਂ ਨੀਤੀ ਕੱਢੀ ਆ ਉਹ ਸਾਨੂੰ ਸਾਰਿਆਂ ਨੂੰ ਜਿਹੜੇ ਜਿਨ੍ਹਾਂ ਦੇ ਏਸ਼ੀਅਨ ਗੇਮਾਂ ਦੇ ਵਿੱਚ 골ਡ ਸੀਗੇ ਉਹਨਾਂ ਨੂੰ ਡਿਪਟੀ ਡਾਇਰੈਕਟਰ ਦੇ ਰਹੇ ਨੇ ਤੇ ਜਿਹੜਾ ਕਾਮਨ ਦੇ ਗੇਮਾਂ ਦੇ ਵਿੱਚ 골ਡ ਸੀਗੇ ਜਾਂ ਸਿਲਵਰ ਸੀਗੇ ਹਨਾ ਉਹਨਾਂ ਨੂੰ ਸੀਨੀਅਰ ਕੋਚ ਦੇ ਰਹੇ ਨੇ ਹੱਲੇ ਪਾਲਿਸੀ ਨੇ ਲਾਗੂ ਕੀਤੀ ਹੈ ਬਟ ਮੈਂ ਪਰਸਨਲ ਤੌਰ ਤੇ ਤੁਹਾਨੂੰ ਦੱਸਾਂ ਤੇ ਅੱਲੇ ਮਤਲਬ ਪਲੇਅਰ ਖੁਸ਼ ਨਹੀਂ ਹੈਗੇ ਕਿਉਂਕਿ ਪਲੇਅਰ ਜਿਹੜੇ ਹੁਣ ਮੈਨੂੰ ਲੱਗਦਾ ਮੈਂ ਤਾਂ ਭਈ ਏਅਰ ਫੋਰਸ ਦੇ ਵਿੱਚ ਹੈਗਾ ਫਰੰਟ ਆਫੀਸਰ ਹਾਂ ਮੈਂ ਤਾਂ ਏਅਰ ਫੋਰਸ ਦੇ ਵਿੱਚ ਨਾ ਮੈਂ ਆਪਣੀ ਗੱਲ ਵੀ ਹੋਈ ਸੀਗੀ ਮੰਤਰੀ ਸਾਹਿਬ ਨੂੰ ਵੀ ਮਿਲਿਆ ਮੈਂ ਸੀਐਮ ਸਾਹਿਬ ਨੂੰ ਵੀ ਮਿਲਿਆ ਸਾਨੂੰ ਇਦਾਂ ਸੀ ਸਾਨੂੰ ਕੋਈ ਗਸਟਡ ਪੋਸ ਦਿੱਤੀ ਜਾਵੇ ਬਟ ਇਹਨਾਂ ਨੇ ਹੁਣ ਪਾਲਿਸੀ ਚੇਂਜ ਕੀ ਪਰਸਨਲ ਜਿਵੇਂ ਚੱਲ ਰਹੀ ਹੈ ਤੁਹਾਡੀ ਉੱਥੇ ਕੀ ਐਜੇ ਤੁਸੀਂ ਕੀ ਹਾਂਜੀ ਹਾਂਜੀ ਇਹ ਇਹ ਦੇ ਰੈਂਡ ਆਫੀਸਰ ਹੈਗਾ ਸੂਬੇਦਾਰ ਸੀ ਕਹਿੰਦਾ ਜਦੋਂ ਆਰਮੀ ਦਾ ਰੈਂਕ ਸੂਬੇਦਾਰ ਹੋ ਗਿਆ ਜੀ ਤੇ ਮੈਂ 2012 ਦਾ ਭਰਤੀਆ ਬਈਅਰਫੋਰਸ ਦੇ ਵਿੱਚ ਹਾਂਜੀ ਹਾਂਜੀ ਤੇ ਮੈਂ ਬਟਰ ਇਦਾਂ ਨਾਲ ਗੇਮ ਵੀ ਚੱਲੀ ਗਈ ਹਾਂਜੀ ਭਾਈ ਮਤਲਬ ਕਿਉਂਕਿ ਮੈਂ 에어ਫੋਰਸ ਦੇ ਵਿੱਚ ਮੈਂ ਭਰਤੀ ਮੈਂ ਗੇਮ ਦੇ ਬੇਸਤੀ ਹੋਇਆ ਸੀਗਾ ਹਾਂਜੀ ਮੈਂ ਉੱਥੇ ਵੀ ਮਤਲਬ ਜਿਦਾਂ ਨੈਸ਼ਨਲ ਅਸੀਂ ਖੇਡਦੇ ਹਾਂ ਤੇ ਮੈਂ ਨੈਸ਼ਨਲ ਆਪਣੇ ਡਿਪਾਰਟਮੈਂਟ ਵੱਲੋਂ ਖੇਡਦਾ ਮੈਂ ਪੰਜਾਬ ਵੱਲੋਂ ਨੈਸ਼ਨਲ ਖੇਡਦਾ ਮੈਂ ਮੈਂ ਡਿਪਾਰਟਮੈਂਟ ਵੱਲੋਂ ਖੇਡਦਾ ਪਿਆ ਵਾਂ ਤੇ ਐਤਕੀ ਦਾ ਪਿਛਲੇ 2 ਸਾਲਾਂ ਤੋਂ ਪੰਜਾਬ ਸਰਕਾਰ ਜਿਹੜੀ ਨੈਸ਼ਨਲ ਗੇਮਸ ਸੂਰੀਆ ਨੇ ਸਰਵਿਸਿਸ ਮਤਲਬ ਸਰਵਿਸਿਸ ਦੀ ਟੀਮ ਜਾਂਦੀ ਆ ਜਿਹੜੇ ਸਰਵਿਸ ਦੇ ਵਿੱਚ ਪੰਜਾਬ ਦੇ ਮੁੰਡੇ ਹੈਗੇ ਜਾਂ ਕੁੜ ਗੂਲਸਿਲ ਵਰਚ ਗਿਆ ਹੈ ਨਾ ਤੇ ਪੋਸਿਟਾ ਚੇਂਜ ਕੀਤੀ ਬਟ ਮੈਨੂੰ ਥੋੜੀ ਜੀ ਨਰਾਜਗੀ ਕਹਿ ਲਓ ਜਾਂ ਇਦਾਂ ਲੱਗਦਾ ਵਾ ਕਿ ਸਾਨੂੰ ਜਿਹੜੇ ਮਤਲਬ ਕਿ ਮੈਨੂੰ ਲੱਗਦਾ ਨਹੀਂ ਕਿ ਬਹੁਤ ਘੱਟ ਮੈਡ ਲਈ ਸਕੇ ਨਹੀਂ ਪੰਜਾਬ ਦੇ ਜਿਹੜੇ ਵੱਡੇ ਵੱਡੇ ਲੈਵਲ ਦੇ ਹੈਗੇ ਹਨਾ ਤੇ ਸਾਨੂੰ ਕੋਈ ਵਧੀਆ ਅਗਸਟਡ ਪੋਸਟ ਦੇਣੀ ਚਾਹੀਦੀ ਸੀ ਬਟ ਇਹਨਾਂ ਨੇ ਚਲੋ ਕੋਈ ਗੱਲ ਨਹੀਂ ਜਿਹੜਾ ਕਹਿਤਾ ਠੀਕ ਹੈ ਜੀ ਬਟ ਮੈਂ ਸੰਤੁਸ਼ਟਾ ਮੈਂ ਆਪਣੀ ਲائف ਤੋਂ ਬਹੁਤ ਸੰਤੁਸ਼ਟ ਹੈਗਾ ਜੀ ਠੀਕ ਆ ਵਧੀਆ ਮਾਲਕ ਨੇ ਬੜਾ ਕੁਝ ਦਿੱਤਾ ਜੀ ਲੋਕੀ ਜਾਣਦੇ ਆ ਤੇ ਮੇਰੇ ਨਾਂ ਵਾਂ ਕਦਰ ਕਰਦੇ ਨੇ ਮੇਰੇ ਘਰਦਿਆਂ ਨੂੰ ਸਾਰੇ ਜਾਣਦੇ ਨੇ ਮੈਂ ਖੁਸ਼ ਆਂ ਜੀ ਆਪਾਂ ਤਾਂ ਭਾਈ ਅਖੀਰ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਖਾਸ ਕਰਕੇ ਜਿਹੜੇ ਯੰਗ ਪਲੇਅਰ ਨੇ ਕੀ ਸੁਨੇਹਾ ਦੇਵੋਗੇ ਕਿ ਮੈਡਲ ਜਿੱਤਣ ਲਈ ਕੀ ਕੁਝ ਕਰਨਾ ਚਾਹੀਦਾ ਕਿੰਨਾ ਕੁ ਪੇਸ਼ੈਂਸ ਰੱਖਣਾ ਪੈਣਾ ਕਿੰਨੀ ਕੁ ਮਿਹਨਤ ਕਰਨੀ ਪੈਣੀ ਹੈ ਕੀ ਡੈਟ ਦਾ ਧਿਆਨ ਰੱਖਣਾ ਪੈਂਦਾ ਨਵੇਂ ਮੁੰਡਿਆਂ ਨੂੰ ਕੀ ਅਪੀਲ ਕਰੋਗੇ ਕੀ ਸੁਨੇਹਾ ਤੁਹਾਡੇ ਵੱਲ ਬਿਲਕੁਲ ਜੀ ਮੇਰੀ ਅਪੀਲ ਮੈਂ ਦੱਸਣਾ ਚਾਹੂੰਗਾ ਮੈਨੂੰ ਨਾ ਇੰਸਟਾਗ੍ਰam ਤੇ ਮੇਰੇ ਸੋਸ਼ਲ ਮੀਡੀਆ ਤੇ ਬੜੇ ਮੈਸੇਜ ਆਉਂਦੇ ਆ ਕਿ ਸਰ ہماری ਲਿਫਟਿੰਗ ਨਹੀਂ ਬੜ ਰਹੀ ਮੈਨੂੰ ਤਗੜਾ ਹੋਣਾ ਹੈ ਐਸਾ ਕਰਨਾ ਹੈ ਤੇ ਮੈਂ ਉਹਨਾਂ ਨੂੰ ਪੁੱਛਦਾ ਹਾਂ ਤੁਹਾਨੂੰ ਕਿੰਨਾ ਚਿਰ ਹੋ ਗਿਆ ਟ੍ਰੇਨਿੰਗ ਕਰਦੇ ਜਦ ਆਪਣੀ ਗੱਲ ਹੋਈ ਤੁਹਾਨੂੰ ਦੱਸਿਆ ਮੈਂ 2002 ਤੋਂ ਸਟਾਰਟ ਕੀਤੀ ਸੀਗੀ ਤੇ ਮੈਨੂੰ 10 ਸਾਲ 11 ਸਾਲ ਬਾਅਦ ਮੈਂ ਜਾ ਕੇ ਨੈਸ਼ਨਲ ਟੀਮ ਦੇ ਵਿੱਚ ਪਹੁੰਚਾ ਨੈਸ਼ਨਲ ਜੋ ਹੈ ਨਾ ਤੇ ਸਭ ਤੋਂ ਵੱਡੀ ਗੱਲ ਹੈ ਜੀ ਪੇਸ਼ੈਂਸ ਰੱਖਣੀ ਬਹੁਤ ਜ਼ਰੂਰੀ ਨੇ ਤੇ ਤੁਹਾਨੂੰ ਡਿਸਪਲਾਈਨ ਨਾਲ ਟ੍ਰੇਨਿੰਗ ਕਰਨੀ ਪੈਣੀ ਆ ਜੀ ਜੇ ਤੁਸੀਂ ਮਤਲਬ ਜਾ ਰਹੇ ਹੋ ਕਿਤੇ ਗਰਾਊਂਡ ਜਾ ਰਹੇ ਹੋ ਤੇ ਤੁਹਾਡਾ ਧਿਆਨ ਉਹ ਗਰਾਊਂਡ ਦੇ ਵਿੱਚ ਹੀ ਹੋਵੇ ਇਦਾਂ ਨਹੀਂ ਕਿ ਯਾਰ ਕਰੇ ਬੇਬੇ ਨੇ ਇਦਾਂ ਕਿਹਾ ਸੀਗਾ ਬਾਪੂ ਨੇ ਆ ਕੇ ਆ ਸੀ ਇਦਾਂ ਨਹੀਂ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉੱਤੇ ਫੋਕਸ ਰੱਖੋ ਜੀ ਤੇ ਇੱਕ ਮਨ ਦੇ ਵਿੱਚ ਤੁਹਾਨੂੰ ਜਜਵਾ ਚਾਹੀਦਾ ਕਿ ਨਹੀਂ ਅਰ ਮੈਂ ਆਪਣੀ ਸੋਸਾਇਟੀ ਦੀ ਕੁਝ ਕਰਨਾ ਵਾ ਮੈਂ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਵਾ ਆਪਣੇ ਜਿੱਥੋਂ ਮੈਂ ਰਹਿਣਾ ਮ ਆਪਣੀ ਕਮਿਊਨਿਟੀ ਦਾ ਨਾਮ ਰੋਸ਼ਨ ਕਰਨਾ ਸ਼ਹਿਰ ਦਾ ਨਾਮ ਰੋਸ਼ਨ ਕਰਨਾ ਵਾ ਮਾਪੇ ਦਾ ਨਾਮ ਰੋਸ਼ਨ ਕਰਨਾ ਵਾ ਆ ਜੇ ਤੁਸੀਂ ਆਪਣੇ ਦਿਮਾਗ ਦੇ ਵਿੱਚ ਚੀਜ਼ਾਂ ਰੱਖ ਕੇ ਚੱਲੂਗੇ ਤਾਂ ਤੁਹਾਨੂੰ ਜ਼ਰੂਰ ਕੰਮ ਆਬੀ ਮਿਲੂਗੀ ਜੀ ਜੀ